पटियाला दे लीला भवन विच लैंग्वेज स्कूल ऑफ इंग्लिश वलो एक प्रोग्राम करवाया गया जिस विच वक्फा कदारियां दे इंग्लिश विभाग दे मुखिया ने बच्चियां नू गाइड किया अते कुछ अजहियां तकनीकां दसियां जिस जरिए वो आसानी नाल इंग्लिश सीख सकते ने। इस दौरान माहिर अध्यापकां वलों बच्चियां नू ग्रामर दियां बारीकियां भी दसियां गईयां। यह LSE दा निवेकरा उपकरण है जो किसी भी इंस्टीट्यूट ने नहीं किया। ਇਹ ਜਿਹੜਾ ਸਾਡਾ ਤਰੀਕਾ ਹੈ ਅੰਗਰੇਜ਼ੀ ਪੜ੍ਹਾਉਣ ਦਾ, ਇਹਦੇ 'ਚ ਜਿਹੜੇ ਦੋ ਤਰੀਕੇ ਨੇ ਅੰਗਰੇਜ਼ੀ ਪੜ੍ਹਾਉਣ ਦੇ, ਇੱਕ ਡਾਇਰੈਕਟ ਮੈਥਡ ਕਿਹਾ ਜਾਂਦਾ, ਇੱਕ ਟ੍ਰਾਂਸਲੇਸ਼ਨ ਮੈਥਡ। ਇਹਨਾਂ ਦੇ ਜਿਹੜੇ ਬੈਸਟ ਪੁਆਇੰਟਸ ਨੇ ਉਹਨਾਂ ਨੂੰ ਲੈ ਕੇ, ਉਹਨਾਂ ਦਾ ਮੇਲ ਇਹਨੂੰ ਕਹੀਏ, ਸੁਮੇਲ ਕਹੀਏ ਉਹਨਾਂ ਦਾ, ਇਹਦੇ 'ਚ ਬੱਚਾ ਬਿਨਾਂ ਗ੍ਰੈਮਰ ਦੇ ਚੱਕਰ 'ਚ ਪਏ ਆਪਣੀ ਮਾਂ ਬੋਲੀ ਤੋਂ ਸਿੱਧੀ ਅੰਗਰੇਜ਼ੀ 'ਚ ਕਿਵੇਂ ਗੱਲ ਕਰ ਸਕਦਾ ਸੌਖੀ ਅਤੇ ਆਸਾਨੀ ਨਾਲ, ਇਹ ਸਾਡਾ ਇਹ ਤਰੀਕਾ ਹੈਗਾ। ਇਹ ਸਾਰੀ ਜਗ੍ਹਾ 'ਤੇ ਸ਼ਲਾਘਾਯੋਗ ਇਹਦਾ ਸਾਨੂੰ ਰਿਜ਼ਲਟ ਮਿਲਦਾ ਪਿਆ। ਰੀਜਨਲ ਸੈਂਟਰ ਫਾਰ ਇੰਟਰਪ੍ਰੀਨਰਸ਼ਿਪ ਡਿਵੈਲਪਮੈਂਟ ਦਾ ਇੱਕ ਸਾਡਾ ਕੰਮ ਹੈ ਸੌਫਟ ਸਕਿੱਲ ਡਿਵੈਲਪ ਕਰਨਾ, ਤਾਂ ਅਸੀਂ ਬੱਚਿਆਂ 'ਚ ਇਹ ਸੌਫਟ ਸਕਿੱਲ ਡਿਵੈਲਪ ਕਰਦੇ ਹਾਂ। ਇਹ ਪ੍ਰੋਗਰਾਮ ਜੋ ਅੱਜ ਇੱਥੇ ਦਿੱਤਾ ਅਸੀਂ ਨੂੰ, ਇਸ ਪ੍ਰੋਗਰਾਮ ਨੂੰ ਥੋੜ੍ਹਾ ਵਧਾ ਕੇ ਕੁਛ ਹੋਰ ਡਿਊਰੇਸ਼ਨ ਦਾ ਸਾਰੀ ਯੂਨੀਵਰਸਿਟੀਜ਼, ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਲੈ ਕੇ, ਯੂ ਨੇਮ ਐਨੀ ਯੂਨੀਵਰਸਿਟੀ ਇਨ ਹਿਮਾਚਲ, ਯੂ ਨੇਮ ਐਨੀ ਯੂਨੀਵਰਸਿਟੀ ਇਨ ਪੰਜਾਬ, ਅਤੇ ਚੰਡੀਗੜ੍ਹ ਦੀ ਗੱਲ ਕਰੀਏ, ਹਰਿਆਣਾ ਦੀ ਗੱਲ ਕਰੀਏ, ਸਾਰੀ ਯੂਨੀਵਰਸਿਟੀ ਜਾ ਕੇ ਅਸੀਂ ਇਹ ਜਿਹੜਾ ਲਰਨਿੰਗ ਹੈਗਾ ਨਵਾਂ ਮੈਥਡ, ਇਹਦੇ ਬਾਰੇ ਬੱਚਿਆਂ ਨੂੰ ਦੱਸਦੇ ਪਏ ਆ। ਉਹਨਾਂ ਨੇ ਦੱਸਿਆ ਕਿ ਕੁਛ ਉਹਨਾਂ ਨੇ ਟ੍ਰਿਕਸ ਦੱਸਿਆ ਸੈਮੀਨਾਰ 'ਚ, ਇੰਗਲਿਸ਼ ਨੂੰ ਕਿਵੇਂ ਸਿੱਖਿਆ ਜਾ ਸਕਦਾ, ਆਪਾਂ ਕਿਵੇਂ ਨਵੇਂ ਵਰਡਸ ਸਿੱਖਣੇ ਆ, ਉਹਨਾਂ ਨੂੰ ਅਪਲਾਈ ਕਿਵੇਂ ਕਰਨਾ। ਉਹਨਾਂ ਨੇ ਸਿੱਧਾ ਪੰਜਾਬੀ ਨਾਲ ਆਪਾਂ ਨੂੰ ਦੱਸਿਆ, ਇਗਜ਼ਾਮਪਲਾਂ ਦਿੱਤੀਆਂ ਜਿਵੇਂ ਕਿ ਪੰਜਾਬੀ ਦੇ ਵਰਡਸ ਆਪਣੇ ਅੰਦਰ ਹੁੰਦੇ ਆ ਅਤੇ ਆਪਣੇ ਆਪ ਸੈਂਟੈਂਸ ਫੋਰਮੇਸ਼ਨ ਹੋ ਜਾਂਦੀ ਹੈ, ਪਰ ਇੰਗਲਿਸ਼ ਦੇ ਵਰਡਸ ਆਪਣੇ ਅੰਦਰ ਹੈ ਨਹੀਂ। ਉਹਨਾਂ ਨੇ ਕਿਹਾ ਪਹਿਲਾਂ ਵਰਡਸ ਸਿੱਖੋ, ਜੇ ਅੰਦਰ ਆਪਣੇ ਵਰਡਸ ਹੈਗੇ ਆ ਤਾਂ ਹੀ ਆਪਾਂ ਕੋਈ ਸੈਂਟੈਂਸ ਬਣਾ ਸਕਦੇ ਆ ਅਤੇ ਤਾਂ ਹੀ ਆਪਣੀ ਇੰਗਲਿਸ਼ ਨੂੰ ਵਧਾ ਸਕਦੇ ਹਾਂ। ਇਟ ਵਾਸ ਰੀਅਲੀ ਨਾਈਸ ਫੋਰ ਅਸ ਐਸ ਵੀ ਹੈਵ ਲਰਨ ਸੋ ਮੈਨੀ ਨਿਊ ਥਿੰਗਸ ਦੇਅਰ। ਦੇ ਟੋਲਡ ਹਾਊ ਟੂ ਟੈਕਲ ਵਿਦ ਡਿਫਰੈਂਟ ਕਾਇੰਡ ਆਫ ਪ੍ਰੋਬਲਮਸ ਐਂਡ ਹਾਊ ਵੀ ਹੈਵ ਟੂ ਟੈਕਲ ਇੰਗਲਿਸ਼ ਇਨ ਆ ਡੇਲੀ ਲਾਈਫ। ਦੇ ਆਲਸੋ ਟੋਲਡ ਅਸ ਸੋ ਮੈਨੀ ਡਿਫਰੈਂਟ ਵੇਜ਼ ਦੈਟ ਇਟਸ ਐਨ ਈਜ਼ੀਐਸਟ ਲੈਂਗੁਏਜ ਫੋਰ ਐਵਰ ਐਂਡ ਵੀ ਕੈਨ ਲਰਨ ਇਟ ਇਨ ਵੈਰੀ ਈਜ਼ੀ ਐਂਡ ਇੰਟਰਸਟਿੰਗ ਵੇਜ਼ ਐਸ ਕੰਪੇਅਰ ਟੂ ਅਦਰ ਲੈਂਗੁਏਜਿਸ।